ਦੋਸਤੋ ਇਹ ਹੈਗਾ ਸਾਡਾ ਟੈਸਟ ਪਲੋਟ ਲੁਧਿਆਣੇ 'ਚ ਚੰਦਨ ਦਾ, ਜਿਸ 'ਚ ਅਸੀਂ 4 ਮਹੀਨੇ ਦੇ ਚੰਦਨ ਦੇ ਬੂਟੇ ਲਗਾ ਕੇ ਟੈਸਟ ਕਰ ਰਹੇ ਹਾਂ ਕਿ 4 ਮਹੀਨੇ ਦੀ ਅਗਰ ਪਲਾਂਟੇਸ਼ਨ ਕਰਾਈ ਜਾਵੇ ਤਾਂ ਉਹ ਕਿੱਦਾਂ ਦੀ ਹੁੰਦੀ ਹੈ। ਵੈਸੇ ਹੁਣ ਤੱਕ ਅਸੀਂ ਇਹੀ ਚੀਜ਼ ਦੇਖੀ ਹੈ ਕਿ ਐਟਲੀਸਟ 1.5 ਤੋਂ 2 ਸਾਲ ਦੇ ਪਲਾਂਟਸ ਹੀ ਲਗਾਏ ਜਾਣ 'ਤੇ ਠੀਕ ਰਹਿੰਦੇ ਨੇ। 4-6 ਮਹੀਨਿਆਂ ਦੇ ਪਲਾਂਟਸ ਬਹੁਤ ਮੁਸ਼ਕਿਲ ਨੇ ਅੱਗੋਂ ਫਰਦਰ ਉਹਨਾਂ ਨੂੰ ਚਲਾਉਣਾ। ਅਸੀਂ ਵੈਸੇ ਅਸੀਂ ਇਸ ਟੈਸਟ ਪਲੋਟ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰ ਲਿਆ, ਪਰ ਅਗਰ ਉਹਨੂੰ ਖੁੱਲ੍ਹੀ ਜਗ੍ਹਾ 'ਤੇ ਲਗਾਇਆ ਜਾਊਗਾ ਤਾਂ ਥੋੜ੍ਹਾ ਜਿਹਾ ਮੁਸ਼ਕਿਲ ਹੋ ਸਕਦੀ ਹੈ। ਇਸ ਕਰਕੇ ਅਸੀਂ ਇਹੀ ਸੁਜੈਸਟ ਕਰਦੇ ਹਾਂ ਆਪਣੇ ਫਾਰਮਰ ਭਰਾਵਾਂ ਨੂੰ ਜਾਂ ਜਿਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਜਾਂ ਉੱਦਾਂ ਲਗਾਉਣੇ ਨੇ ਫਾਰਮ ਹਾਊਸਿਸ ਦੇ ਵਿੱਚ ਜਾਂ ਕਿਤੇ, ਕਿ ਉਹ ਐਟਲੀਸਟ 1.5-2 ਸਾਲ ਦੇ ਹੀ ਪਲਾਂਟ ਲਗਾਉਣ। ਤੁਸੀਂ ਦੇਖ ਸਕਦੇ ਹੋ ਕਿ ਪਲਾਂਟਸ ਨੂੰ ਕਿੱਦਾਂ ਕਵਰ ਕੀਤਾ ਗਿਆ। ਔਰ ਕਵਰ ਤੋਂ ਬਾਅਦ ਚੰਦਨ ਦੀ ਤੁਸੀਂ ਦੇਖ ਸਕਦੇ ਹੋ ਕਿੱਡੀ ਵਧੀਆ ਗਰੋਥ ਅਸੀਂ ਕਰ ਰਹੇ ਹਾਂ। ਨਾਲ ਗੈਂਦੇ ਦੇ ਫੁੱਲ ਲਗਾਏ ਗਏ ਨੇ, ਹੋਸ ਪਲਾਂਟਸ। ਪਰ ਫਿਰ ਵੀ ਮੈਂ ਇਹੀ ਸੁਜੈਸਟ ਕਰਾਂਗਾ ਕਿ ਜਦੋਂ ਵੀ ਮੇਰੇ ਕਿਸਾਨ ਭਰਾ ਜਾਂ ਕੋਈ ਹੋਰ ਇਹਨੂੰ ਚੰਦਨ ਨੂੰ ਲਗਾਵੇ ਤਾਂ ਐਟਲੀਸਟ 1.5-2 ਸਾਲ ਤੋਂ ਘੱਟ ਦਾ ਕੋਈ ਪੌਦਾ ਨਾ ਲਗਾਉਣ, ਤਾਂ ਕਿ ਉਹਨਾਂ ਨੂੰ ਕੱਲ੍ਹ ਨੂੰ ਔਖਾ ਨਾ ਹੋਵੇ। ਕਮਰਸ਼ੀਅਲ ਫਾਰਮਿੰਗ ਦੇ ਵਿੱਚ ਇਸ ਚੀਜ਼ ਦਾ ਨੁਕਸਾਨ ਹੋ ਸਕਦਾ ਉਹਨਾਂ ਨੂੰ। ਇਹ ਤੁਸੀਂ ਦੇਖ ਸਕਦੇ ਹੋ ਅਸੀਂ ਕਰਾ ਰਹੇ ਹਾਂ, ਇਹ 4-6 ਮਹੀਨੇ ਦੇ ਪਲਾਂਟ ਸੀਗੇ ਸਾਰੇ। ਸਾਡੇ ਮਾਲੀ ਜੀ ਬਹੁਤ ਮਿਹਨਤ ਕਰ ਰਹੇ ਨੇ, ਦਿਨ ਰਾਤ ਲੱਗੇ ਰਹਿੰਦੇ ਨੇ ਇੱਥੇ। ਅਸੀਂ ਜਿਹੜੇ ਪਲਾਂਟਸ ਵੈਸੇ ਦੇ ਰਹੇ ਹਾਂ ਉਹ ਪੰਜਾਬ ਦੀ ਪੈਡੀਗਰੀ ਦੇ, ਅਤੇ ਘੱਟੋ ਘੱਟ ਨੇ ਤਾਂ 1.5-2 ਸਾਲ ਦੇ। ਕੋਸ਼ਿਸ਼ ਇਹੀ ਹੈ ਕਿ 2 ਸਾਲ ਦੇ ਹੀ ਪਲਾਂਟ ਦੇਈਏ, 2 ਫੁੱਟ ਦੇ ਪਲਾਂਟ, ਤਾਂ ਕਿ ਕਮਰਸ਼ੀਅਲ ਜਿਨ੍ਹਾਂ ਨੇ ਕਲਟੀਵੇਸ਼ਨ ਕਰਨੀ ਹੈ ਉਹਨਾਂ ਨੂੰ ਕੋਈ ਔਖਾ ਨਾ ਹੋਵੇ ਅਤੇ ਉਹਨਾਂ ਦੇ ਪਲਾਂਟਸ 100% ਸਕਸੈਸ ਰਹਿਣ।